ਸਤਿ ਸ਼੍ਰੀ ਅਕਾਲ, ਮੈਂ ਸਿਮਰਨ ਤੁਹਾਡੇ ਸਭ ਦਾ ਸਵਾਗਤ ਕਰਦੀ ਹਾਂ ਐਂਟਰਟੇਨਮੈਂਟ ਡਾਇਰੀਜ਼ ਦੇ ਵਿੱਚ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹਾਈਲਾਈਟਸ ਦੇ ਉੱਤੇ। ਅਮਿਤਾਭ ਬੱਚਨ ਤੋਂ ਹੋ ਗਈ ਵੱਡੀ ਗਲਤੀ, ਅਹਿਸਾਸ ਹੋਇਆ ਤਾਂ ਤੁਰੰਤ ਮੰਗੀ ਮਾਫੀ। ਬਿਗ ਬੌਸ OTT3 ਨੇ ਆਪਣੇ ਨਾਂ ਕੀਤਾ ਵੱਡਾ ਰਿਕਾਰਡ, ਇੱਕ ਨੰਬਰ ਤੇ ਕੀਤਾ ਕਬਜ਼ਾ। ਦਾ ਰਾਜਾ ਸਾਹਿਬ ਦੀ ਪਹਿਲੀ ਝਲਕ 'ਚ ਪ੍ਰਭਾਸ ਦੀ ਲੁੱਕ ਨੇ ਜਿੱਤਿਆ ਫੈਨਸ ਦਾ ਦਿਲ। ਹੁਣ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅਮਿਤਾਭ ਬੱਚਨ ਦੀ। ਅਮਿਤਾਭ ਬੱਚਨ ਜੋ ਕਿ ਆਪਣੀ ਕਲਕੀ ਫਿਲਮ ਨੂੰ ਲੈ ਕੇ ਲਗਾਤਾਰ ਲਾਈਮਲਾਈਟ ਦੇ ਵਿੱਚ ਪੜੇ ਹੋਏ ਨੇ, ਹਾਲ ਫਿਲਹਾਲ ਹੀ ਉਹਨਾਂ ਤੋਂ ਹੋਈ ਇੱਕ ਅਜਿਹੀ ਗਲਤੀ ਜਿਸ ਤੋਂ ਮਾਫੀ ਮੰਗਦੇ ਨਜ਼ਰ ਆਏ ਅਮਿਤਾਭ ਬੱਚਨ। ਇਨ੍ਹੀਂ ਦਿਨੀਂ ਬਿਗ ਬੌਸ ਕਲਕੀ 2898 AD ਨੂੰ ਲੈ ਕੇ ਸੁਰਖੀਆਂ ਦੇ ਵਿੱਚ ਹਨ, ਪਰ ਹਾਲ ਹੀ ਦੇ ਵਿੱਚ ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਇੱਕ ਗਲਤੀ ਕੀਤੀ। ਗਲਤੀ ਅਜਿਹੀ ਸੀ ਕਿ ਉਹਨਾਂ ਨੂੰ ਤੁਰੰਤ ਇਸ ਗੱਲ ਦਾ ਅਹਿਸਾਸ ਹੋਇਆ ਅਤੇ ਉਹਨਾਂ ਨੇ ਫੈਨਸ ਤੋਂ ਮਾਫ਼ੀ ਵੀ ਮੰਗ ਲਈ। ਅਦਾਕਾਰ ਨੇ ਖੁਦ ਦੱਸਿਆ ਕਿ ਮਾਮਲਾ ਕੀ ਹੈ। ਅਮਿਤਾਭ ਬੱਚਨ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਰਹਿੰਦੇ ਨੇ। ਉਹ ਅਕਸਰ ਆਪਣੇ ਵੀਲੌਗਸ ਅਤੇ ਫੋਟੋਜ਼ ਦੇ ਨਾਲ ਫੈਨਸ ਨੂੰ ਹਮੇਸ਼ਾ ਪੁਰਾਣੀਆਂ ਫਿਲਮਾਂ ਬਾਰੇ ਦੱਸਦੇ ਰਹਿੰਦੇ ਨੇ। ਹਾਲ ਹੀ ਦੇ ਵਿੱਚ ਬਿਗ ਬੀ ਨੇ ਮਾਫ਼ੀਨਾਮਾ ਪੋਸਟ ਕੀਤਾ, ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਉਹਨਾਂ ਤੋਂ ਕਿਹੜੀ ਗਲਤੀ ਹੋਈ ਹੈ। ਹਾਲ ਹੀ ਦੇ ਵਿੱਚ ਕਲਕੀ 2898 AD ਦੇ ਸਟਾਰ ਅਮਿਤਾਭ ਬੱਚਨ ਨੇ ਇੱਕ ਵੀਡੀਓ ਸ਼ੇਅਰ ਕੀਤਾ। ਇਸ ਵੀਡੀਓ ਦੇ ਵਿੱਚ ਉਹਨਾਂ ਨੇ ਆਪਣੇ ਇੱਕ ਫਿਲਮ ਦਾ ਇੱਕ ਸੀਨ ਸ਼ੇਅਰ ਕੀਤਾ, ਜਿਸ ਵਿੱਚ ਉਹ ਦੌੜਦੇ ਹੋਏ ਨਜ਼ਰ ਆ ਰਹੇ ਨੇ। ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਉਹਨਾਂ ਨੇ ਲਿਖਿਆ, ਅਗਨੀਪਤ ਤੋਂ ਲੈ ਕੇ ਹੁਣ ਤੱਕ ਭੱਜ ਰਿਹਾ ਹਾਂ। ਉਹਨਾਂ ਇਸ ਪੋਸਟ ਨੂੰ ਸਾਂਝਾ ਕੀਤਾ, ਪਰ ਇੱਥੇ ਹੀ ਉਹਨਾਂ ਨੇ ਵੱਡੀ ਗਲਤੀ ਕੀਤੀ। ਜਦੋਂ ਬਿਗ ਬੀ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਉਹਨਾਂ ਨੇ ਤੁਰੰਤ ਮਾਫ਼ੀ ਮੰਗ ਲਈ। ਅਸਲ ਦੇ ਵਿੱਚ ਅਮਿਤਾਭ ਬੱਚਨ ਵੀਡੀਓ ਦੇ ਵਿੱਚ ਜਿਸ ਸੀਨ ਦਾ ਵਰਣਨ ਕਰ ਰਹੇ ਸਨ ਉਹ ਉਸ ਫਿਲਮ ਦਾ ਨਹੀਂ ਸਗੋਂ ਕਿਸੇ ਹੋਰ ਫਿਲਮ ਦਾ ਸੀ। ਜੀ ਹਾਂ, ਉਹਨਾਂ ਦੀ ਫਿਲਮ ਅਕੇਲਾ ਦਾ ਸੀ। ਜਿਵੇਂ ਹੀ ਉਹਨਾਂ ਨੂੰ ਅਹਿਸਾਸ ਹੋਇਆ ਕਿ ਇਹ ਇੱਕ ਵੱਡੀ ਗਲਤੀ ਸੀ, ਉਹਨਾਂ ਤੁਰੰਤ ਆਪਣੀ ਇੰਸਟਾ ਸਟੋਰੀ 'ਤੇ ਇੱਕ ਪੋਸਟ ਸ਼ੇਅਰ ਕੀਤੀ ਅਤੇ ਲਿਖਿਆ, ਮਾਫ਼ ਕਰਨਾ, ਮੈਂ ਦੌੜਦੇ ਸਮੇਂ ਜੋ ਵੀਡੀਓ ਪੋਸਟ ਕੀਤੀ ਸੀ ਇਸ ਨੂੰ ਅਗਨੀਪਤ ਦਾ ਦੱਸਿਆ ਸੀ। ਇਹ ਅਕੇਲਾ ਫਿਲਮ ਦਾ ਇੱਕ ਸੀਨ ਸੀ। ਸ਼ੁਭ ਚਿੰਤਕਾਂ ਦਾ ਧੰਨਵਾਦ। ਵੈਲ, ਇਸ ਪੋਸਟ ਦੇ ਨਾਲ ਉਹਨਾਂ ਨੇ ਆਪਣੀ ਇਸ ਗਲਤੀ ਨੂੰ ਸੁਧਾਰ ਲਿੱਤਾ। ਹੁਣ ਗੱਲ ਕਰਦੇ ਹਾਂ ਅਨਿਲ ਕਪੂਰ ਦੇ ਰਿਐਲਿਟੀ ਸ਼ੋਅ ਬਿਗ ਬੌਸ OTT3 ਦੀ, ਜੋ ਕਿ ਹਾਲ ਫਿਲਹਾਲ ਹੀ ਨੰਬਰ 1 ਤੇ ਆਪਣੀ ਜਗ੍ਹਾ ਬਣਾ ਚੁੱਕਾ ਹੈ। ਅਨਿਲ ਕਪੂਰ ਦਾ ਰਿਐਲਿਟੀ ਸ਼ੋਅ ਬਿਗ ਬੌਸ OTT3 ਧੂਮ ਮਚਾ ਰਿਹਾ ਹੈ। ਹੁਣ ਇਸ ਸ਼ੋਅ ਨੇ ਇੱਕ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਔਰ ਮਾਰਕਸ ਮੀਡੀਆ ਦੇ ਅਨੁਸਾਰ ਬਿਗ ਬੌਸ OTT3 22 ਅਤੇ 28 ਜੁਲਾਈ ਦੇ ਵਿਚਕਾਰ ਭਾਰਤ ਵਿੱਚ ਸਭ ਤੋਂ ਵੱਧ ਦੇਖੇ ਗਏ ਸਟ੍ਰੀਮਿੰਗ ਓਰਿਜਿਨਲ ਦੀ ਲਿਸਟ ਦੇ ਵਿੱਚ ਟੌਪ 'ਤੇ ਹੈ। ਇਹ ਸ਼ੋਅ 7.9 ਮਿਲੀਅਨ ਵਿਊਜ਼ ਦੇ ਨਾਲ ਟੌਪ 'ਤੇ ਹੈ। ਬਿਗ ਬੌਸ OTT3 ਤੋਂ ਇਲਾਵਾ ਕਮਾਂਡਰ ਕਰਨ ਸਕਸੈਨਾ, ਹਾਊਸ ਆਫ ਦ ਡਰੈਗਨ ਸੀਜ਼ਨ 2, ਬਲੱਡੀ ਇਸ਼ਕ ਵਰਗੇ ਕਈ OTT ਪ੍ਰੋਜੈਕਟਸ ਵੀ ਇਸ ਲਿਸਟ ਦੇ ਵਿੱਚ ਸ਼ਾਮਿਲ ਨੇ। ਇਸ ਤੋਂ ਪਹਿਲਾਂ ਇੱਕ ਸਰਵੇ ਰਿਪੋਰਟ ਦੇ ਵਿੱਚ ਦੱਸਿਆ ਗਿਆ ਸੀ ਕਿ ਰਿਐਲਿਟੀ ਸ਼ੋਅ ਬਿਗ ਬੌਸ OTT3 ਪਿਛਲੇ ਸੀਜ਼ਨ ਨਾਲੋਂ ਕਾਫ਼ੀ ਬਿਹਤਰ ਪ੍ਰਦਰਸ਼ਨ ਕਰ ਰਿਹਾ ਹੈ। ਸਰਵੇ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਤੀਜੇ ਸੀਜ਼ਨ ਨੂੰ 3 ਹਫ਼ਤਿਆਂ ਦੇ ਵਿੱਚ 30.4 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਹੈ। ਤੀਜੇ ਸੀਜ਼ਨ ਨੇ ਬਿਗ ਬੌਸ OTT2 ਦੇ ਕੁੱਲ ਵਿਊਜ਼ ਦਾ ਲਗਭਗ 45% ਹਾਸਲ ਕੀਤਾ, ਜੋ ਕਿ ਵੱਡੀ ਗੱਲ ਹੈ, ਕਿਉਂਕਿ ਇਸ ਵਾਰ ਦਰਸ਼ਕਾਂ ਨੂੰ ਸ਼ੋਅ ਦੇਖਣ ਲਈ OTT ਪਲੇਟਫਾਰਮ ਦੀ ਸਬਸਕ੍ਰਿਪਸ਼ਨ ਲੈਣੀ ਪਈ। ਤੁਹਾਨੂੰ ਦੱਸ ਦਈਏ ਕਿ ਬਿਗ ਬੌਸ OTT3 ਤੋਂ ਇਲਾਵਾ ਅਨਿਲ ਕਪੂਰ ਆਪਣੀ ਅਪਕਮਿੰਗ ਫਿਲਮ ਸੂਬੇਦਾਰ ਲਈ ਵੀ ਖੂਬ ਤਿਆਰੀਆਂ ਕਰ ਰਹੇ ਨੇ। ਹੁਣ ਗੱਲ ਕਰਦੇ ਹਾਂ ਸੁਪਰ ਸਟਾਰ ਪ੍ਰਭਾਸ ਦੀ, ਜੋ ਕਿ ਆਪਣੀ ਫਿਲਮ ਕਲਕੀ ਨੂੰ ਲੈ ਕੇ ਲਗਾਤਾਰ ਸੁਰਖੀਆਂ ਬਟੋਰਦੇ ਨਜ਼ਰ ਆ ਰਹੇ ਨੇ। ਉੱਥੇ ਹੀ ਉਹਨਾਂ ਦੀ ਇੱਕ ਹੋਰ ਫਿਲਮ ਦੀ ਫਸਟ ਝਲਕ ਰਿਲੀਜ਼ ਹੋ ਗਈ ਹੈ ਅਤੇ ਆਪਣੀ ਫਸਟ ਲੁੱਕ ਦੇ ਨਾਲ ਹੀ ਉਹਨਾਂ ਨੇ ਫੈਨਸ ਦਾ ਦਿਲ ਜਿੱਤ ਲਿਆ ਹੈ। ਫਿਲਮ ਦਾ ਰਾਜਾ ਸਾਹਿਬ ਨਾਲ ਪ੍ਰਭਾਸ ਇੱਕ ਵਾਰ ਫਿਰ ਤੋਂ ਦਰਸ਼ਕਾਂ ਦਾ ਦਿਲ ਜਿੱਤਣ ਲਈ ਤਿਆਰ ਨੇ। ਨਿਰਮਾਤਾਵਾਂ ਨੇ ਫਿਲਮ ਦੀ ਪਹਿਲੀ ਝਲਕ ਸਾਂਝਾ ਕੀਤੀ, ਜਿਸ ਵਿੱਚ ਪ੍ਰਭਾਸ ਸ਼ਾਨਦਾਰ ਨਜ਼ਰ ਆ ਰਹੇ ਨੇ ਅਤੇ ਆਪਣੇ ਪੁਰਾਣੇ ਐਨਰਜੈਟਿਕ ਅਤੇ ਅਟਰੈਕਟਿਵ ਅੰਦਾਜ਼ ਦੇ ਵਿੱਚ ਦਿਖਾਈ ਦੇ ਰਹੇ ਨੇ। ਫਸਟ ਲੁੱਕ ਦੇ ਨਾਲ ਇਸ ਗੱਲ ਦਾ ਵੀ ਖੁਲਾਸਾ ਕੀਤਾ ਗਿਆ ਕਿ ਦਾ ਰਾਜਾ ਫਿਲਮ 10 ਅਪ੍ਰੈਲ 2025 ਨੂੰ ਸਿਨੇਮਾਘਰਾਂ ਦੇ ਵਿੱਚ ਰਿਲੀਜ਼ ਹੋ ਰਹੀ ਹੈ।
ਜੋ ਕਿ ਫੈਨਸ ਲਈ ਇੱਕ ਟ੍ਰੀਟ ਦਾ ਵਾਅਦਾ ਕਰਦੀ ਹੈ। ਇਸ ਝਲਕ ਦੇ ਵਿੱਚ ਪ੍ਰਭਾਸ ਬਾਈਕ ਤੇ ਸ਼ਾਨਦਾਰ ਐਂਟਰੀ ਲੈਂਦੇ ਨਜ਼ਰ ਆ ਰਹੇ ਨੇ। ਉਹ ਫਿਰ ਫੁੱਲਾਂ ਦਾ ਗੁਲਦਸਤਾ ਫੜ ਕੇ ਆਪਣੀ ਬਾਈਕ ਤੋਂ ਉਤਰਦੇ ਹਨ ਅਤੇ ਖੁਦ ਨੂੰ ਬਾਈਕ ਦੇ ਸ਼ੀਸ਼ੇ ਦੇ ਵਿੱਚ ਨਿਹਾਰਦੇ ਨਜ਼ਰ ਆ ਰਹੇ ਨੇ। BGM ਵੀ ਕਾਫੀ ਮਜ਼ੇਦਾਰ ਹੈ, ਜਿਸ ਨਾਲ ਇਹ ਵਿਊ ਹੋਰ ਵੀ ਵਧੀਆ ਲੱਗ ਰਿਹਾ ਹੈ। ਫਿਲਹਾਲ ਫਿਲਮ ਦੀ 40% ਸ਼ੂਟਿੰਗ ਪੂਰੀ ਹੋ ਚੁੱਕੀ ਹੈ ਅਤੇ 2 ਅਗਸਤ ਤੋਂ ਇੱਕ ਹੋਰ ਵੱਡਾ ਸ਼ੈਡਿਊਲ ਸ਼ੁਰੂ ਹੋਣ ਜਾ ਰਿਹਾ ਹੈ। ਪ੍ਰਭਾਸ ਦੇ ਫੈਨਸ ਇਸ ਫਿਲਮ ਦੇ ਲਈ ਕਾਫੀ ਜ਼ਿਆਦਾ ਐਕਸਾਈਟਿਡ ਨਜ਼ਰ ਆ ਰਹੇ ਨੇ। ਵਲਾਜ ਐਂਟਰਟੇਨਮੈਂਟ ਡਾਇਰੀਜ਼ ਵਿੱਚ ਨਈ ਹੋਰ ਅਪਡੇਟ ਦੇ ਲਈ ਬਣੇ ਰਹੋ ਪੰਜਾਬ ਡਾਇਰੀਜ਼ ਦੇ ਨਾਲ।